ਮੀਟਿੰਗ ਤੋਂ ਬਾਅਦ ਫੈਸਲਾ ਹੋ ਗਿਆ ਸੀਗਾ ਕਿ ਕੋਈ ਵੀ ਸ਼ਖਸ ਕੋਈ ਵੀ ਐਮ ਐਲ ਏ ਐਕਸ ਐਮ ਐਲ ਏ ਮਿਨਿਸਟਰ ਇੱਕ ਦੂਜੇ ਦੀ ਕੌਂਸਟੀਚੁਐਂਸੀ ਦਖਲ ਨਹੀਂ ਦੇਗਾ, ਸਾਰੇ ਆਪਣੀ ਆਪਣੀ ਕੌਂਸਟੀਚੁਐਂਸੀ 'ਚ ਕੰਮ ਕਰਨ। ਔਰ ਮੈਂ ਜਦੋਂ ਮੁੱਦਾ ਜਨ ਸ਼ਕਤੀ ਇੰਚਾਰਜ ਹਰੀਸ਼ ਜੀ ਨਾਲ ਔਰ ਚੰਨੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਉਠਾਇਆ ਤਾਂ ਉਹਨਾਂ ਨੇ ਕਿਹਾ ਬਿਲਕੁਲ ਤੇਰੇ ਦਫ਼ਤਰ 'ਚ ਦਖਲ ਨਹੀਂ ਦਿੱਤਾ ਜਾਏਗਾ, ਉੱਥੋਂ ਸੀਟ ਜਿਹੜੀ ਦਿੱਤੀ ਜਾਣੀ ਹੈ ਹਿੰਦੂ ਕਮਿਊਨਿਟੀ ਦੇ ਕਿਸੇ ਲੀਡਰ ਨੂੰ ਦਿੱਤੀ ਜਾਣੀ ਹੈ, ਇਹ ਫੈਸਲਾ ਹੋ ਚੁੱਕਾ ਪਾਰਟੀ ਦਾ, ਔਰ ਤੁਸੀਂ ਜਾ ਕੇ ਆਪਣਾ ਕੰਮ ਕਰੋ, ਜੋ ਲੋਕ ਕਹਿਣਗੇ ਆਪਾਂ ਜੋ ਵਰਕਰ ਕਹਿਣਗੇ ਆਪਾਂ ਉਸ ਹਿਸਾਬ ਨਾਲ ਇੱਥੇ ਚੁਣਾਵ ਲੜਾਵਾਂਗੇ। ਸੋ ਮੈਂ ਤਾਂ ਭਾਈ ਪਾਰਟੀ ਦੇ ਡਿਸਿਪਲਿਨ ਦੇ ਵਿੱਚ ਰਹਿ ਕੇ ਕਿਤੇ ਕੋਈ ਗੱਲ ਨਹੀਂ ਕੀਤੀ, ਪਰ ਅੱਜ ਮਜਬੂਰ ਹੋ ਗਿਆ ਕਿਉਂਕਿ ਉਹ ਪ੍ਰੋਜੈਕਟ ਜਿਹੜੇ ਮੈਂ ਪਾਸ ਕਰਾਏ ਸੀ ਜਿਨ੍ਹਾਂ ਲਈ ਉਪ ਮੁੱਖ ਮੰਤਰੀ ਡਿਪਟੀ ਚੀਫ ਮਿਨਿਸਟਰ ਮਾਨਨੀਏ ਓਮ ਪ੍ਰਕਾਸ਼ ਸੋਨੀ ਜੀ ਕੋਲ ਟਾਈਮ ਲਿੱਤਾ ਗਿਆ, ਉੱਥੋਂ ਟੀ ਪੀ ਐੱਮ ਚਲੇ ਗਏ, ਉੱਥੋਂ ਦੱਸਿਆ ਗਿਆ ਕਿ ਪੱਥਰ ਇੱਧਰ ਫਲਾਣੀ ਤਰੀਕ ਨੂੰ ਲਾਉਣ ਆਉਣਗੇ ਫਾਊਂਡੇਸ਼ਨ ਸਟੋਨ, ਉਹ ਅੱਜ ਆ ਕੇ ਇਹ ਮੰਤਰੀ ਜਿਹੜੇ ਨੇ ਸਰਦਾਰ ਤ੍ਰਿਪਜਿੰਦਰ ਸਿੰਘ ਜੀ ਬਾਜਵਾ, ਉਹਨਾਂ ਨੇ ਆ ਕੇ ਅੱਜ ਦੋ ਜਗ੍ਹਾ ਦੇ ਉੱਤੇ ਨੀਂਹ ਪੱਥਰ ਰੱਖੇ। ਉੱਥੇ ਅਫਸਰ ਇੱਕ ਹੈ ਉਹਨਾਂ ਦਾ, ਇੱਕ ਉਹਦਾ ਨਾਮ ਐੱਸ ਡੀ ਓ ਜਿਹੜਾ ਹੈ, ਕੀ ਨਾਮ ਐੱਸ ਡੀ ਓ ਦਾ ਬੇਟੇ? ਨਹੀਂ ਨਹੀਂ ਐੱਸ ਡੀ ਓ ਜਿਹੜਾ ਹੈ ਬੇਟਾ, ਜਿਹੜਾ ਪੀ ਡਬਲਿਊ ਡੀ ਦਾ ਐੱਸ ਡੀ ਓ ਦਾ ਨਾਮ ਬੋਲੇ ਸੀ ਨਾ, ਹੈਂ ਦਵਿੰਦਰ, ਦਵਿੰਦਰ ਐੱਸ ਡੀ ਓ ਹੈ। ਹੁਣ ਮੈਂ ਐਜ ਅਸ਼ਵਨੀ ਸੇਖਰੀ ਕਾਂਗਰਸ ਪਾਰਟੀ ਦਾ ਵਰਕਰ ਹੁੰਦੇ ਨਾਤੇ ਮੈਂ ਚੈਲੰਜ ਕਰ ਰਿਹਾ, ਜਿਹੜਾ ਐੱਸ ਡੀ ਓ ਹੈ ਮਹਾ ਕਰਪਟ ਐੱਸ ਡੀ ਓ, ਬਟਾਲੇ ਦੀ ਜਿੰਨੇ ਕੰਮ ਹੋਏ ਨੇ ਪੀ ਡਬਲਿਊ ਡੀ ਥਰੂ ਉਹਦੇ 'ਚੋਂ ਬਹੁਤ ਵੱਡੀ ਕਮਿਸ਼ਨ 40-50% ਪੈਸਾ ਖਾ ਗਿਆ, ਔਰ ਉਹ ਤ੍ਰਿਪਤ ਨੂੰ ਕਿੰਨਾ ਦਿੱਤਾ ਅਤੇ ਉਹਦੇ ਸਾਥੀਆਂ ਨੂੰ ਕਿੰਨਾ ਦਿੱਤਾ, ਉਹ ਜਦੋਂ ਫੜਿਆ ਜਾਏਗਾ ਉਹ ਹਿਸਾਬ ਦੇਗਾ। ਉਦਾਹਰਣ ਦੇ ਤੌਰ 'ਤੇ 5.5 ਕਰੋੜ ਰੁਪਈਆ 5.5 ਕਰੋੜ ਰੁਪਇਆ ਅੰਮ੍ਰਿਤਸਰ ਰੋਡ ਦੇ ਉੱਤੇ ਲਗਾਇਆ, ਔਰ ਇਹਨਾਂ ਨੂੰ ਪਤਾ ਸੀ ਇੱਥੇ ਵੱਡਾ ਸੀਵਰ ਪੈਣਾ, ਕੁਆਲਿਟੀ ਮਾੜੀ ਸੀ, ਅਸੀਂ ਸ਼ਿਕਾਇਤ ਜਦੋਂ ਕੀਤੀ ਲੋਕਾਂ ਨੇ ਅਤੇ ਉਹ ਚੈਕਿੰਗ ਹੋਣ ਤੋਂ ਪਹਿਲਾਂ ਸੀਵਰ ਪਾਉਣਾ ਸ਼ੁਰੂ ਕਰਤਾ ਵੱਡਾ, ਅਤੇ ਜਿਹੜੀ ਰਹਿ ਗਈ ਸੜਕ ਉਹ ਤੁਹਾਡੇ ਸਾਹਮਣੇ ਜਾ ਕੇ ਤੁਸੀਂ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਫੋਟੋਆਂ ਖਿੱਚੀਆਂ ਗਈਆਂ, ਉਹ ਸੜਕ ਟੁੱਟੀ ਪਈ ਹੈ। ਜਿਹੜੀ ਸੜਕ 5.5 ਕਰੋੜ ਲੱਗਾ, ਜਿਹੜੀ 7 ਸਾਲ ਜਿਹੜੀ ਬੁਨਿਆਦ ਗਿਣੀ ਗਈ ਹੈ, ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਬੇਟਾ ਦਿਖਾਉਣਾ, ਮੇਰਾ ਫੋਨ ਕਿੱਥੇ ਆ ਜਿਹਦੇ 'ਚ ਫੋਟੋ ਆ? ਇਹ ਤੁਸੀਂ ਦੇਖੋ ਕਿੱਦਾਂ ਸੜਕ ਟੁੱਟੀ ਪਈ ਹੈ, ਅਜੇ ਸਾਲ ਵੀ ਪੂਰਾ ਨਹੀਂ ਹੋਇਆ, ਇਹ ਦੇਖੋ ਆਪ ਕਿਸ ਤਰ੍ਹਾਂ ਉਹ 'ਚ ਟੁੱਟੀ ਪਈ, ਖੱਡੇ ਪੈ ਗਏ ਸੜਕ, ਉਹਦੇ ਵਿੱਚੋਂ ਪੈਸੇ ਖਾ ਗਿਆ। ਤਕਰੀਬਨ 2.7 ਕਰੋੜ ਰੁਪਈਆ ਬਾਈਪਾਸ 'ਤੇ ਲਗਾਇਆ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਆਏ ਸਨ ਉਰੇ। ਉਸ ਤੋਂ ਬਾਅਦ ਜਦੋਂ ਉਹ ਸੜਕ ਦੀ ਇੰਸਪੈਕਸ਼ਨ ਹੋਈ, ਕਿਉਂਕਿ ਉਹ 'ਚ ਵੀ ਖੱਡੇ ਪੈ ਗਏ, 70 ਲੱਖ ਰੁਪਈਆ ਇਹਨਾਂ ਨੇ ਸਿਰਫ ਪੈਚ ਵਰਕ ਦਾ ਲਾਇਆ, ਇਸ ਉਸ ਇਸੇ ਐੱਸ ਡੀ ਓ ਦੇ ਥਰੂ ਤ੍ਰਿਪਤ ਬਾਜਵਾ ਜੀ ਦਾ ਬੰਦਾ ਹੈ, ਉਹਨਾਂ ਦੇ ਨਾਲ ਹੀ ਰਹਿੰਦਾ, ਉਹਨਾਂ ਦੇ ਕਹਿਣ 'ਤੇ ਕੰਮ ਕਰਦਾ ਸਾਰੇ। ਉਹਨੇ 70 ਲੱਖ ਦੇ ਸਿਰਫ ਪੈਚ ਵਰਕ ਲਗਾਇਆ, ਫਿਰ ਸੜਕ ਟੁੱਟ ਗਈ, ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ, ਆਪਣੀ ਚੋਰੀ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਫਿਰ ਨਾ ਉੱਥੇ ਸੀਵਰ ਪਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਛੋਟਾ ਸੀਵਰ ਪਾਇਆ ਜਿਹੜਾ ਸੀਗਾ, ਉਹ ਜਿਹੜੀ ਅਰਬਨ ਸਟੇਟ ਬਣੀ ਹੈ ਉਹਦਾ, ਫਿਰ ਉਸ ਤੋਂ ਬਾਅਦ ਵੱਡਾ ਸੀਵਰ ਪਾ ਦਿੱਤਾ, ਯਾਨੀ ਕਿ 3-4 ਕਰੋੜ ਰੁਪਇਆ ਜਿਹੜਾ ਲੱਗਾ ਉਹ ਸਾਰਾ ਮਿੱਟੀ ਕਰ ਦਿੱਤਾ 5 ਮਹੀਨੇ ਦੇ ਵਿੱਚ। ਵਿੱਚ ਜੇ ਸੀਵਰ ਪੈਣਾ ਹੀ ਹੈ, ਸਭ ਨੂੰ ਪਤਾ ਹੀ ਹੈ, ਤੁਸੀਂ ਬਾਅਦ ਸੜਕ ਬਣਾਓ, ਅਤੇ ਕਰੋੜਾਂ ਰੁਪਈਏ ਬਟਾਲੇ ਦੇ ਜਿਹੜੇ ਆ ਇਹ ਜਿਹੜੇ ਆ ਇਹ ਮਿੱਟੀ 'ਚ ਗਵਾ ਦਿੱਤੇ ਨੇ ਇਸ ਸ਼ਖਸ ਨੇ ਜਿਹੜਾ ਪੀ ਡਬਲਿਊ ਡੀ ਦਾ ਜਿਹੜਾ ਐੱਸ ਟੀ ਓ ਆ, ਉਹਦੇ ਜਿਹੜੇ ਚਾਹਣ ਵਾਲੇ ਪੋਲੀਟੀਸ਼ੀਅਨ ਆ। ਔਰ ਇਹਦੀ ਸ਼ਿਕਾਇਤਾਂ ਜਦੋਂ ਲੋਕਾਂ ਨੇ ਕੀਤੀਆਂ, ਮੈਂ ਕੋਈ ਸ਼ਿਕਾਇਤ ਨਹੀਂ ਕੀਤੀ, ਮੈਂ ਪਹਿਲੀ ਵਾਰੀ ਕਰ ਰਿਹਾ ਅੱਜ, ਇਹਦੀ ਟ੍ਰਾਂਸਫਰ ਹੋ ਗਈ ਅੰਮ੍ਰਿਤਸਰ, 1 ਮਹੀਨੇ ਦੇ ਵਿੱਚ ਉਹਦੇ ਦੁਬਾਰਾ ਐਡੀਸ਼ਨਲ ਚਾਰਜ ਦਵਾ ਦਿੱਤਾ ਗਿਆ ਕਿ ਤ੍ਰਿਪਤ ਬਾਜਵਾ ਜੀ ਤੁਸੀਂ ਮੰਤਰੀ ਹੋ, ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਇਸ ਐੱਸ ਡੀ ਓ ਬਿਨਾਂ ਚੱਲਦੀ ਨਹੀਂ, ਕੀ ਐੱਸ ਡੀ ਓ ਤੁਹਾਡੇ ਹੱਥ ਰਲੇ ਨੇ? ਜਨਤਾ ਜਵਾਬ ਮੰਗਦੀ ਹੈ, ਜਵਾਬ ਦਿਓ, ਜਨਤਾ ਜਵਾਬ ਮੰਗਦੀ ਹੈ, ਜਵਾਬ ਦਿਓ ਕਿ ਐੱਸ ਡੀ ਓ ਦੇ ਬਿਨਾਂ ਕਿਆ ਬਟਾਲਾ ਚੱਲ ਨਹੀਂ ਸਕਦਾ, ਕਿ ਤੁਸੀਂ ਐਡੀਸ਼ਨਲ ਚਾਰਜ ਦਵਾ ਦਿੱਤਾ, ਜਿਹੜਾ ਐੱਸ ਡੀ ਓ ਕੋਈ ਹੋਰ ਸਰਕਾਰ ਲਾਵੇ, ਤੁਹਾਡਾ ਆਪਣਾ ਮਹਿਕਮਾ, ਤੁਸੀਂ ਆਪਣੇ ਮਹਿਕਮੇ 'ਚ ਕੰਮ ਕਰਾਓ। ਉਹਦਾ ਹਿਸਾਬ ਤਾਂ ਸਾਰੇ ਐੱਮ ਐੱਲ ਏ ਪੁੱਛਦੇ ਪਏ ਨੇ ਕਿ ਉੱਥੇ ਜਿਹੜੀ ਕਰੋੜਾਂ ਦੀ ਗ੍ਰਾਂਟ ਗਈ ਆ ਉਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਲੱਗੀ ਆ, ਲੋਕ ਜਵਾਬ ਮੰਗਦੇ ਨੇ, ਉਹ ਤਾਂ ਤੁਸੀਂ ਆਪਣਾ ਹਿਸਾਬ ਦੇਖੋ, ਅਤੇ ਆ ਪੀ ਡਬਲਿਊ ਡੀ ਜਿਹੜਾ ਪੈਸਾ ਖਾ ਰਹੇ ਜੇ ਇਹਦਾ ਕੌਣ ਹਿਸਾਬ ਦੇਗਾ? ਅੱਜ ਸਮੇਂ ਆ ਗਿਆ ਤ੍ਰਿਪਤ ਬਾਜਵਾ ਜੀ ਦੀਆਂ ਜਿਹੜੀਆਂ ਨਾਕਾਮ ਕੋਸ਼ਿਸ਼ਾਂ, ਕਿਉਂਕਿ ਮੈਂ ਇਲਜ਼ਾਮ ਲਗਾ ਰਿਹਾ ਕਿ ਅਕਾਲੀ ਦਲ ਦਾ ਏਜੰਟ ਹੈ ਤੁਹਾਡੀ ਪਾਰਟੀ 'ਚ ਤ੍ਰਿਪਤ ਬਾਜਵਾ, ਉਹਨਾਂ ਨਾਲ ਰਲਿਆ, ਰਲ ਕੇ ਪਿਛਲੀ ਵਾਰੀ ਮੇਰੇ ਖਿਲਾਫ਼ ਜਿਹੜੇ ਲੜੇ ਸਨ ਅਕਾਲੀ ਦਲ ਦੇ ਸਰਦਾਰ ਲੋਧੀ ਲੰਗਲ ਸਾਹਿਬ, ਉਹਨਾਂ ਨਾਲ ਰਲ ਕੇ ਇਹਨੇ ਵੋਟਾਂ ਐਕਸਚੇਂਜ ਕੀਤੀਆਂ, ਔਰ ਫਿਰ ਉਸ ਤੋਂ ਬਾਅਦ
ਵੋਟਾਂ ਚੇਂਜ ਕਰਨ ਤੋਂ ਬਾਅਦ ਜਦੋਂ ਹੁਣ ਲੋਧੀ ਨਗਰ ਉੱਧਰ ਚਲੇ ਗਏ ਨੇ ਅਤੇ ਉੱਥੋਂ ਡਰਦਾ ਦੌੜਿਆ ਜਿਸ ਤਰ੍ਹਾਂ ਚੂਹਾ ਦੌੜਦਾ ਕਿ ਨਹੀਂ ਬਿੱਲੀ ਨੂੰ ਦੇਖ ਕੇ ਉੱਥੋਂ ਦੌੜਿਆ ਇੱਧਰ ਆਉਂਦਾ ਬਟਾਲੇ ਵੱਲ ਇੱਥੋਂ ਜਦੋਂ ਸ਼ਹਿਰ ਦਾ ਮੂਡ ਦੇਖਦਾ ਪਿੰਡਾਂ ਦਾ ਮੂਡ ਦੇਖਦਾ ਲੋਕਾਂ ਦਾ ਮੂਡ ਦੇਖਦਾ ਫਿਰ ਉੱਧਰ ਜਾਂਦਾ ਉੱਥੋਂ ਦੌੜ ਕੇ ਫਿਰ ਇੱਧਰ ਆਉਂਦਾ ਕਦੀ ਉੱਧਰ ਅਤੇ ਕਦੀ ਇੱਧਰ ਵੀ ਸੱਜਣਾ ਜੇ ਤੇਰੇ 'ਚ ਬਹੁਤੀ ਤਾਕਤ ਹੈ ਕੰਮ ਕਰਨ ਦੀ ਅਤੇ ਤੂੰ ਕਹਿੰਦਾ ਮੈਂ ਬਟਾਲੇ ਡਿਵੈਲਪਮੈਂਟ ਕਰਾਈ ਹੈ ਅਤੇ ਆਪਣੇ ਹਲਕੇ 'ਚ ਕਿਉਂ ਨਹੀਂ ਕਰਾਈ ਬਈ ਤੇਰਾ ਹਲਕਾ ਫਤਿਹਗੜ੍ਹ ਚੂੜੀਆਂ ਉਹਦਾ ਸੀਵਰ ਪੈ ਗਿਆ ਸਾਰਾ ਉਹਦੀਆਂ ਗਲੀਆਂ ਨਾਲੀਆਂ ਸੜਕਾਂ ਬਣ ਗਈਆਂ ਅਤੇ ਜੇ ਇੰਨਾ ਪਾਵਰਫੁੱਲ ਸੀ ਤਾਂ ਉੱਥੇ ਪੈਸੇ ਕਿਉਂ ਨਹੀਂ ਲਗਾਏ ਬਟਾਲੇ 'ਚ ਮੈਂ ਅੱਜ ਸਾਰੀ ਪ੍ਰੈਸ ਨੂੰ ਸਾਰੇ ਤੁਸੀਂ ਬਟਾਲੇ ਵਾਲੇ ਇਕੱਠੇ ਹੋਏ ਹੋ ਮੈਂ ਦੱਸਣਾ ਚਾਹੁੰਦਾ ਕਿ ਬਟਾਲੇ ਜਿੰਨਾ ਪੈਸਾ ਲੱਗ ਰਿਹਾ ਜਾਂ ਪਹਿਲਾਂ ਲੱਗਾ ਉਹਦੇ 'ਚ ਤ੍ਰਿਪਤ ਬਾਜਵਾ ਦਾ ਇੱਕ ਪੈਸੇ ਦਾ ਰੋਲ ਨਹੀਂ ਹੈਗਾ ਜਾਂ ਤਾਂ ਮੇਰੀ ਮਿਹਨਤ ਸੀ ਅਤੇ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਦੀ ਮਿਹਰਬਾਨੀ ਸੀ ਆਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅੰਮ੍ਰਿਤ ਸਕੀਮ ਦਾ ਵਿਦ ਡਾਕੂਮੈਂਟਰੀ ਐਵੀਡੈਂਸ ਮੈਂ ਲੈ ਕੇ ਆਇਆ ਜਾਂ ਮੈਂ ਚੈਲੇਂਜ ਕਰ ਰਿਹਾ ਤ੍ਰਿਪਤ ਬਾਜਵਾ ਨੂੰ ਕਿ ਤੂੰ ਵੀ ਆ ਜਾ ਮੈਂ ਵੀ ਆ ਜਾ ਓਪਨ ਡਿਬੇਟ 'ਤੇ ਆ ਜਾ ਆਪਾਂ ਦੇਖ ਰਹੇ ਕਿਹਨੇ ਡਿਵੈਲਪਮੈਂਟ ਕਰਾਈਏ ਮੇਰੇ ਲੋਕਾਂ ਨੂੰ ਬਟਾਲੇ ਨੂੰ ਗੁੰਮਰਾਹ ਕਰ ਰਿਹਾ ਕਿ ਤੂੰ ਡਿਵੈਲਪਮੈਂਟ ਕਰਾਈ ਆ ਆ ਜਾਓ ਕਿਸੇ ਵੇਲੇ ਓਪਨ ਡਿਬੇਟ ਲਗਾ ਲੈਂਦੇ ਹਾਂ ਕਿਸੇ ਵੀ ਜਗ੍ਹਾ ਕਿਸੇ ਵੀ ਚੈਨਲ 'ਤੇ ਕਿਸੇ ਵੀ ਅਖਬਾਰ ਦੇ ਸਾਹਮਣੇ ਪਬਲੀਕਲੀ ਲਗਾ ਲਓ ਮੈਂ ਦੱਸਾਂਗਾ ਕਿ ਮੈਂ ਕੀ ਕੀਤਾ ਤੁਸੀਂ ਦੱਸੋ ਤੁਸੀਂ ਕੀ ਕੀਤਾ ਜਿਹੜਾ ਪੈਸਾ ਲੱਗਾ ਮੇਰੇ ਸੱਜਣੋਂ ਸੀਵਰ ਦੇ ਉੱਤੇ ਅਤੇ ਗਲੀਆਂ ਉੱਤੇ ਅਤੇ ਨਾਲੀਆਂ ਉੱਤੇ ਉਹ ਲੱਗਾ ਅੰਮ੍ਰਿਤ ਸਕੀਮ ਦਾ ਆਹ ਮੇਰੇ ਕੋਲ ਕਾਗਜ਼ ਹੈ ਜਿਹਦੇ ਵਿੱਚ ਅੰਮ੍ਰਿਤ ਸਕੀਮ ਜਿਹੜੀ ਹੈ 16-17 ਦੇ ਵਿੱਚ ਸੈਂਕਸ਼ਨ ਹੋਈ ਔਰ 16-17 ਵਿੱਚ ਰਾਜ ਸੀਗਾ ਅਕਾਲੀ ਦਲ ਦਾ ਸਾਡਾ ਰਾਜ ਨਹੀਂ ਸੀ ਹੈਗਾ ਉਦੋਂ ਮੈਂ ਵਿਧਾਨ ਸਭਾ 'ਚ ਇਹਨਾਂ ਦੇ ਸਾਹਮਣੇ ਇਹ ਵੀ ਉੱਥੇ ਸਨ ਮੈਂ ਉੱਥੇ ਭਾਈ ਸਾਹਿਬ ਇਹ ਸੈਂਕਸ਼ਨ ਕਰਾਈ ਸਕੀਮ ਔਰ ਉਹ ਸਕੀਮ 'ਚ ਪੈਸੇ ਜਿਹੜੇ ਸੈਂਕਸ਼ਨ ਹੋਏ ਔਰ ਇਹ ਰੁਪਈਆ ਜਿਹੜਾ ਵਾ ਇੱਥੇ ਲੱਗ ਰਿਹਾ ਇਹ ਦਿਸ ਦਾ ਔਲ ਡਾਕੂਮੈਂਟਰੀ ਐਵੀਡੈਂਸ ਇਹ ਦੇਖੋ ਡੇਟਾ ਪਈ ਹੈ ਕਦੋਂ ਸਕੀਮ ਸੈਂਕਸ਼ਨ ਹੋਈ ਸੀ ਇਹ ਦੇਖੋ ਸਨ 2063 ਰੁਪਈਏ 25/6/2017 ਇਹ ਮਤਲਬ ਉਦੋਂ ਪੈਸਾ ਜਿਹੜਾ ਵਾ ਆਪਾਂ ਲਿਆ ਕੇ 16-17 'ਚ ਪਾਸ ਕਰਾਇਆ ਅਤੇ ਕੈਪਟਨ ਅਮਰਿੰਦਰ ਜੀ ਕੋਲ ਸੈਂਕਸ਼ਨ ਕਰਾਇਆ ਜਿਹਦੇ 141 ਕਰੋੜ ਰੁਪਈਆ ਪਹਿਲਾਂ ਆਇਆ 141 ਕਰੋੜ ਦਾ ਸਾਰੇ ਜਿਹੜੇ ਸ਼ਹਿਰ ਦੇ ਸੀਵਰ ਪੈਣੇ ਸ਼ੁਰੂ ਹੋਏ ਵੀ ਜੇ ਪੈਸਾ ਮੈਂ ਸੈਂਕਸ਼ਨ ਸਕੀਮ ਮੈਂ ਸੈਂਕਸ਼ਨ ਕਰਾਈ ਕੇਂਦਰ ਸਰਕਾਰ ਦੀ ਸਕੀਮ ਪੈਸੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਅਤੇ ਸੱਜਣਾ ਇਹਨੇ ਕੀ ਕੀਤਾ ਉਹ ਜਾ ਕੇ ਸਿਰਫ ਆ ਕੇ ਆਪਣੀ ਟੌਹਰ ਹੀ ਬਣਾਈ ਕਾਲਰ ਤਾਂ ਕਰਕੇ ਅਤੇ ਵੱਢਣ ਦਬਾਏ ਉਸ ਤੋਂ ਬਾਅਦ ਪੈਸਾ ਆਇਆ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਦਾ ਪੈਸਾ ਲਗਭਗ 30 ਕਰੋੜ ਦੇ ਕਰੀਬ ਆਇਆ ਉਹ ਦਿੱਤਾ ਤਿੰਨਾਂ ਸ਼ਹਿਰਾਂ ਨੂੰ ਦਿੱਤੇ ਗਏ ਪੈਸੇ ਕਲਚਰ ਡਿਪਾਰਟਮੈਂਟ ਥਰੂ ਪੈਸੇ ਲੱਗੇ ਇੱਕ ਦਿੱਤਾ ਗਿਆ ਸੁਲਤਾਨਪੁਰ ਲੋਧੀ ਇੱਕ ਬਟਾਲਾ ਇੱਕ ਡੇਰਾ ਬਾਬਾ ਨਾਨਕ ਸੋ ਬਟਾਲੇ ਦਾ ਸ਼ੇਅਰ ਇੱਕ ਤਾਂ ਘੱਟ ਆਇਆ ਸਾਨੂੰ ਤਾਂ 100 ਕਰੋੜ ਦੇ ਕਰੀਬ ਆਉਣਾ ਚਾਹੀਦਾ ਸੀ ਇਹਦੀ ਨਲਾਇਕੀ ਹੈ ਕਿਉਂਕਿ ਉਸ ਵੇਲੇ ਪਾਵਰ ਦੇ ਵਿੱਚ ਸੀਗਾ ਕੈਪਟਨ ਦਾ ਬਹੁਤ ਅਚੇਤਾ ਬਣਿਆ ਸੀਗਾ ਅਤੇ ਪੈਸੇ ਘੱਟ ਦਵਾਏ ਅਤੇ ਜੇ ਦਵਾਏ ਨੇ ਪੈਸੇ ਤਾਂ ਬਟਾਲੇ ਦੀ ਸੜਕਾਂ 4 ਬਣ ਗਈਆਂ ਉਹਦੇ 'ਚ ਮੈਂ ਮੇਅਰ ਦਾ ਧੰਨਵਾਦ ਕਰਦਾ ਜਿਹੜਾ ਅਜਮੇਰ ਬਣ ਗਿਆ ਸੁੱਖ ਉਹਦਾ ਧੰਨਵਾਦ ਕਰਦਾ ਕਿ ਉਹਦੇ ਮਜ਼ਦੂਰ ਉਹਦੇ ਉਸਦੇ ਮੇਅਰ ਨਹੀਂ ਸੀ ਹੈਗਾ ਪਰ ਉਹਨੇ ਇੱਕ ਕਿਸਮ ਦੀ ਇਹ ਭਾਜੀ ਰਹਿਣ ਦਿਓ ਉਹਨੇ ਚੌਕੀਦਾਰੀ ਜ਼ਰੂਰ ਕੀਤੀ ਆਪਣੇ ਸਾਹਮਣੇ ਸਾਹਮਣੇ ਜਾ ਕੇ ਪੈਸੇ ਲਵਾਏ ਨੇ ਉਹਨੇ ਆਈ ਐਪਰੀਸ਼ੀਏਟ ਇਸ ਵਾਰ ਪਰ ਤ੍ਰਿਪਤ ਬਾਜਵਾ 13 ਕੀ ਰੋਲ ਆ 10 ਪੈਸੇ 13 ਕੀ ਰੋਲ ਆ ਪੈਸੇ ਤਾਂ ਦਵਾਏ ਕੈਪਟਨ ਅਮਰਿੰਦਰ ਸਿੰਘ ਨੇ ਔਰ ਪੈਸੇ ਮਿਲੇ 550 ਸਾਲਾਂ ਦੇ ਠੀਕ ਹੈ ਨਾ ਜੀ ਔਰ ਉਹ ਪੈਸੇ ਲੱਗ ਗਏ ਬਟਾਲੇ 'ਚ ਇੱਕ ਚੀਜ਼ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਬਟਾਲੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਹੋਈ ਅਸੀਂ ਸਾਰੇ ਗੁਰੂ ਸਾਹਿਬ ਨਾਲ ਸੈਂਟੀਮੈਂਟਲੀ ਜੁੜੇ ਵੀ ਸੱਜਣੋ ਦੱਸੋ ਇਸ ਮੰਤਰੀ ਨੂੰ ਪੁੱਛੋ ਕਿ 550 ਸਾਲ ਦਾ ਗੁਰੂ ਸਾਹਿਬ ਦੇ ਨਾਂ 'ਤੇ ਪੈਸਾ ਆਇਆ ਹੋਵੇ ਅਤੇ ਤੂੰ ਇੱਕ ਚੀਜ਼ ਵੀ ਗੁਰੂ ਸਾਹਿਬ ਦੇ ਨਾਂ ਦੀ ਨਹੀਂ ਪੜ੍ਹਾਈ ਕਿਆ ਤੂੰ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਨੂੰ ਯਾਦ ਕਰਦੇ ਹੋ ਜਿਹੜਾ ਪੈਸਾ ਇਸ ਲਈ ਦਿੱਤਾ ਗਿਆ ਕੋਈ ਗੇਟ ਹੀ ਬਣਾ ਦਿੰਦਾ ਕੋਈ ਗੁਰਦੁਆਰੇ ਦੀ ਗਲੀ ਬਣਾ ਦਿੰਦਾ ਬਿਲਕੁਲ ਨਹੀਂ ਕੀਤਾ ਸਿਰਫ ਆਪਣੀ ਟੌਹਰ ਕੱਢਣ ਨੂੰ ਜੇ ਜਿੱਥੋਂ ਪੈਸੇ ਖਾਣੇ ਸੀ ਉਹੀ ਕੰਮ ਕੀਤੇ ਗੁਰੂ ਨਾਨਕ ਦੇਵ ਜੀ ਸ਼ਾਦੀ ਦਾ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਬਾਕੀ ਮੈਂ ਜਿਹੜੇ ਪ੍ਰਪੋਜ਼ਲ ਦਿੱਤੇ ਜਿਹੜੇ ਹੁਣ ਬਣਾ ਜਦੋਂ ਚੇਅਰਮੈਨ ਬਣਿਆ 2 ਮਹੀਨੇ ਪਹਿਲਾਂ ਪਹਿਲਾਂ ਤਾਂ ਬਟਾਲੇ ਸ਼ਹਿਰ ਦੇ ਸਿਵਲ ਹੋਸਪਿਟਲ 'ਚ ਆਪਾਂ ਡਾਇਗਨੋਸਟਿਕ ਸੈਂਟਰ ਲੈ ਕੇ ਆਏ ਡਾਇਗਨੋਸਟਿਕ ਸੈਂਟਰ ਦੇ ਵਿੱਚ ਸੀ ਟੀ ਸਕੈਨ ਵੀ ਲੱਗ ਜਾਣਾ ਔਰ ਸਾਰਾ ਕੰਮ ਜਿਹੜਾ ਆਲਮੋਸਟ ਥੋੜ੍ਹੇ ਥੋੜ੍ਹੇ ਪੈਸੇ 'ਚ ਹੋਣਾ ਸ਼ੁਰੂ ਹੋ ਜਾਣਾ ਜਿਹੜਾ ਕਿ ਅਸੀਂ 10,000 ਦਿੰਦੇ ਸੀ ਉਹ 200-300 ਰੁਪਏ 'ਚ ਕੰਮ ਹੋਣਾ ਅਸੀਂ ਇੱਥੇ ਈ ਕਲੀਨਿਕ ਖੁਲਵਾ ਦਿੱਤਾ ਇਸ ਤੋਂ ਇਲਾਵਾ
ਬਟਾਲੇ ਦੀਆਂ 14 ਡਿਸਪੈਂਸਰੀਆਂ ਪਿੰਡਾਂ ਦੀਆਂ ਜਿਹੜੀਆਂ ਉਹਨਾਂ ਨੂੰ ਪੱਕਾ ਕਰਨ ਦੇ ਪੈਸੇ ਦਵਾਤੇ ਮੈਂ ਸਰਕਾਰ ਕੋਲੋਂ। ਬਟਾਲੇ ਦੇ ਦੋ ਜਿਹੜੇ ਸਾਡੀ ਸਲੰਮਜ ਨੇ ਗਾਂਧੀ ਨਗਰ ਅਤੇ ਮੁਰਗੀ ਮੱਲਾ ਉਹਦੀ ਡਿਸਪੈਂਸਰੀ ਦੇ ਪੈਸੇ ਪਾਸ ਕਰਾਤੇ ਸਾਰੇ ਸਾਰਾ ਟੈਂਡਰਸ ਹੋ ਗਏ। ਉਹ ਸਾਡੇ ਡਿਪਟੀ ਚੀਫ ਮਿਨਿਸਟਰ ਸਾਹਿਬ ਨੇ ਆ ਕੇ ਉਹਦਾ ਫਾਊਂਡੇਸ਼ਨ ਸਟੋਨ ਰੱਖਣਾ। ਇਸੇ ਤਰ੍ਹਾਂ PWD ਨੂੰ PIDB ਤੋਂ ਪੈਸੇ ਦਵਾਏ। ਝਗੜਾ ਅੱਜ ਇਸ ਚੀਜ਼ ਦਾ ਕਿ PIDB ਦਾ ਪੈਸਾ ਹੁੰਦਾ ਮੁੱਖ ਮੰਤਰੀ ਜੀ ਦੀ ਮਰਜ਼ੀ ਨਾਲ ਮਿਲਦਾ, ਅਸੀਂ ਪੈਸੇ ਸੈਂਕਸ਼ਨ ਕਰਾਏ, ਤਕਰੀਬਨ 7.5 ਕਰੋੜ ਰੁਪਈਆ ਅਸੀਂ ਪਾਸ ਕਰਵਾਇਆ। 7.5 ਕਰੋੜ ਦੇ ਵਿੱਚੋਂ ਤਕਰੀਬਨ ਬਾਜਵਾ ਨੇ ਆਪਣੀ ਲਿਸਟ ਦਿੱਤੀ, ਮੰਮੀ ਆਪਣੀ ਲਿਸਟ ਦਿੱਤੀ। ਹੁਣ ਝਗੜਾ ਸਿਰਫ ਇਸ ਚੀਜ਼ ਦਾ ਹੈ, ਉਹ ਇੱਕ ਲੈਂਡ ਮਾਫੀਆ ਜਿੱਥੇ ਜ਼ਮੀਨਾਂ ਖਰੀਦੀਆਂ ਜਾਂ ਜਿੱਥੇ ਕਿਤੇ ਉਹਨੇ ਆਪਣੀ ਕਲੋਨੀਆਂ ਬਣਾਈਆਂ ਉੱਥੇ ਸੜਕਾਂ ਬਣਾਉਣਾ ਚਾਹੁੰਦਾ, ਅਤੇ ਮੈਂ ਸ਼ਹਿਰ ਦਾ ਕੰਮ ਕਰਾਉਣਾ ਚਾਹੁੰਦਾ। ਬਸ ਇੱਥੇ ਡਿਫਰੈਂਸ। ਇਹ ਗੱਲ ਸਹੀ ਹੈ ਕਿ ਜਿਹੜੀਆਂ ਅਸੀਂ ਧਰਮਸ਼ਾਲਾ ਜਿਹੜੀਆਂ ਵਾ ਉਹ ਮੈਂ ਪਾਈਆਂ ਆਪਣੀ ਲਿਸਟ ਦੇ ਵਿੱਚ, ਉਹਦੇ ਵਿੱਚ ਗਾਂਧੀ ਨਗਰ ਧਰਮਸ਼ਾਲਾ ਵੀ ਪਾਈ, ਅਸੀਂ ਮੁਰਗੀ ਮਹੱਲੇ ਦੀਆਂ ਧਰਮਸ਼ਾਲਾ ਵੀ ਪਾਈਆਂ, ਇਹ ਸਾਰੀਆਂ ਪਾਈਆਂ। ਬਟ ਇਹ ਕਰੀਬ 2.25 ਕਰੋੜ ਰੁਪਈਆ ਇੱਕ ਛੋਟੀ ਜਿਹੀ ਬਸਤੀ ਦੇ ਨਾਲ ਅੱਲੋਵਾਲ ਲਗਾਉਣਾ ਚਾਹੁੰਦਾ। ਅੱਲੋਵਾਲ ਹੈ, ਹਾਂ ਅੱਲੋਵਾਲ ਹੀ ਲਾਉਣਾ ਚਾਹੁੰਦਾ। ਅਤੇ ਮੈਂ ਕਹਿੰਦਾ ਕਿ ਉੱਥੇ ਇੱਕ ਸੜਕ ਬਣਾਓ ਵਧੀਆ ਜੀ ਜਿਹੜੀ ਪਿੰਡ ਨੂੰ ਜਾਣ ਨੂੰ ਬਣ ਜਾਏ, ਔਰ ਇਹ ਇੱਕ ਪੁੱਲ ਪਾਉਣਾ ਚਾਹੁੰਦਾ ਜਿੱਥੇ ਕਿ ਗ੍ਰੀਨ ਫੀਲਡ ਹੈ, ਉੱਥੇ ਕੋਈ ਆਬਾਦੀ ਨਹੀਂ। ਕਰੀਬਨ 2.5 ਕਰੋੜ ਉੱਥੇ ਖਰਚਣਾ ਚਾਹੁੰਦਾ। ਮੇਰਾ ਡਿਫਰੈਂਸ ਆਫ ਓਪੀਨੀਅਨ ਹੈ ਕਿ ਮੇਰੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਜਿਨ੍ਹਾਂ ਗਲੀਆਂ 'ਚ ਹੋਈ, ਸਾਡੀ 70% ਸ਼ਹਿਰ ਦੀ ਆਬਾਦੀ ਉੱਥੇ ਰਹਿੰਦੀ ਹੈ। ਮੈਂ ਕਹਿੰਦਾ ਉਹ 3.5 ਕਰੋੜ ਰੁਪਈਆ ਜੇ ਸੜਕ ਬਣਾਓ ਅੱਲੋਵਾਲ ਦੀ, ਪਰ ਬਾਕੀ ਜਿਹੜਾ ਪੈਸਾ ਵਾ ਉਹ 3.5 ਕਰੋੜ ਰੁਪਈਆ ਅਸੀਂ ਬਟਾਲਾ ਦਾ ਹੈਰੀਟੇਜ ਸਿਟੀ ਬਣਾਈਏ। ਉਹਨਾਂ ਗਲੀਆਂ ਜਿੱਥੇ ਗੁਰੂ ਸਾਹਿਬ ਗਏ, ਸ਼ਾਦੀ ਹੋਈ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਕੰਧ ਸਾਹਿਬ, ਕਾਲੀ ਮਾਤਾ ਦਾ ਮੰਦਰ, ਉਹ ਪੂਰੇ ਸ਼ਹਿਰ 'ਚ ਅਸੀਂ ਜਿਹੜੀ ਜਿਹੜੀ ਆਪਣੀਆਂ ਗਲੀਆਂ ਵਿੱਚ ਨਾਲੀਆਂ ਸਾਰੀਆਂ ਅੰਡਰਗਰਾਊਂਡ ਕਰ ਦਈਏ, ਔਰ ਉੱਥੇ ਟਾਈਲਾਂ ਉੱਦਾਂ ਲਾਈਏ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਆਸ ਪਾਸ ਜਿਹੜੀ ਬਣੀ ਹੈ ਗਲੇਰਾ ਬਣੇ, ਸ਼ਹਿਰ ਨੂੰ ਬਿਊਟੀਫੁਲ ਬਣਾਈਏ, ਔਰ ਚਾਰ ਉੱਥੇ ਜਿੱਥੇ ਕਿਤੇ ਗੇਟ ਜਿਸ ਤਰ੍ਹਾਂ ਹਾਥੀ ਗੇਟ ਆ ਉੱਥੇ ਵਧੀਆ ਗੇਟ ਗੁਰੂ ਸਾਹਿਬ ਦੇ ਨਾਂ ਬਣੇ, ਸੀਵਰ ਜਿਹੜੇ ਨੇ ਉਹ ਠੀਕ ਹੋ ਜਾਣ। ਇੱਥੇ ਡਿਫਰੈਂਸ ਆਫ ਓਪੀਨੀਅਨ ਆ। ਉਹ ਕਹਿੰਦਾ ਹੈ ਕਿ ਮੈਂ ਸੜਕ ਬਣਾਉਣੀ ਉੱਥੇ ਜਿੱਥੇ ਜਿੱਥੇ ਕੋਈ ਨਹੀਂ ਰਹਿੰਦਾ, ਜਾਂ ਮੈਂ ਪੁੱਲ ਪਾਉਣਾ ਜਿੱਥੇ ਕੋਈ ਨਹੀਂ ਰਹਿੰਦਾ। ਮੈਂ ਕਹਿੰਦਾ ਮੈਂ ਸ਼ਹਿਰ 'ਚ ਪੈਸੇ ਲਾਉਣਾ। ਇਹੋ ਇੱਕ ਡਿਫਰੈਂਸ ਹੈ, ਮੇਰੇ ਕੋਲ ਲਿਸਟਾਂ ਪਈਆਂ, ਡਾਕੂਮੈਂਟਰੀ ਐਵੀਡੈਂਸ ਹੈ। ਸੋ ਤ੍ਰਿਪਤ ਬਾਜਵਾ ਜੀ, ਬਟਾਲੇ ਨੂੰ ਧਰਤੋਂ ਵੱਧ ਮੈਂ ਸਮਝਣਾ, ਮੈਨੂੰ ਆਪਣਾ ਕੰਮ ਕਰ ਲੈਂਦੇ ਹੋ, ਰਾਜ ਤਾਂ ਤੁਸੀਂ ਕੀਤਾ, ਮੈਨੂੰ ਮਜ਼ਦੂਰੀ ਕਰ ਲੈਂਦੇ ਹੋ। ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਡੇਂਗੂ ਫੈਲਿਆ, ਉਹ ਤਾਂ ਤੁਸੀਂ ਹਾਲ ਪੁੱਛਣ ਗਏ ਨਹੀਂ, ਪਰ ਉਹਨਾਂ ਦੇ ਗਲੀਆਂ ਵਿੱਚ ਮੈਂ ਸਫਾਈ ਕਰਨਾ ਚਾਹੁੰਦਾ, ਅਤੇ ਮੈਨੂੰ ਤਾਂ ਕਰ ਲੈਂਦੇ। ਪੈਸਾ ਸਰਕਾਰ ਨੇ ਦਿੱਤਾ, ਤੁਹਾਡਾ ਆਪਣਾ ਤਾਂ ਹੈ ਨਹੀਂ, ਗਵਰਨਮੈਂਟ ਦਾ ਪੈਸਾ। ਇਹ ਦੱਸੋ ਮੈਨੂੰ ਕਿ ਤੁਸੀਂ ਕਿਹੜਾ ਪੈਸਾ ਦਵਾਇਆ। ਜੇ ਪੈਸੇ ਲੱਗੇ ਨੇ ਅੰਮ੍ਰਿਤ ਸਕੀਮ ਦੇ ਅਸੀਂ ਦਵਾਏ, ਜੇ ਪੈਸੇ PIDB ਦੇ ਆ ਰਹੇ ਨੇ ਮੈਂ ਸੈਂਕਸ਼ਨ ਕਰਾਏ, ਜੇ ਡਿਸਪੈਂਸਰੀਆਂ ਬਣ ਰਹੀਆਂ ਉਹ ਅਸੀਂ ਕਰਾਈਆਂ, ਜੇ ਮੇਅਰ ਸਾਹਿਬ ਹੁਣ ਜਾਂ ਸਾਡੇ ਮਿਊਂਸਪਲ ਕੌਂਸਲਰ ਪੈਸੇ ਲਗਾ ਰਹੇ ਨੇ ਕਾਰਪੋਰੇਸ਼ਨ ਦੇ, ਉਹ ਸਾਡਾ ਹਿੱਸਾ ਜੋ ਕਾਰਪੋਰੇਸ਼ਨ ਦਾ ਬਣਦਾ ਉਹ ਦਵਾਏ। ਤੁਸੀਂ ਦੱਸੋ ਕੀ ਦਿੱਤਾ ਬਟਾਲੇ ਦੇ ਵਿੱਚ, ਜਿਹੜਾ ਜਿਹੜਾ ਇੰਨੀ ਤੁਸੀਂ ਕਾਲਜ ਦਾ ਕਰੀ ਜਾਂਦੇ ਹੋ, ਜਿਹੜੇ ਪਿੰਡਾਂ 'ਚ ਗ੍ਰਾਂਟਾਂ ਆਈਆਂ ਬਟਾਲੇ ਸ਼ਹਿਰ ਦੇ, ਉਹ ਗ੍ਰਾਂਟਾਂ ਉਹਨਾਂ ਦਾ ਹੱਕ ਬਣਦਾ, ਸਾਰੇ ਪਿੰਡਾਂ ਨੂੰ ਮਿਲੀ ਤਾਂ ਇਹਨਾਂ ਨੂੰ ਮਿਲੀਆਂ। ਤੁਸੀਂ ਆਪਣੀ ਮਿਨਿਸਟਰ ਦੀ ਡਿਸਕ੍ਰੀਸ਼ਨਰੀ ਗ੍ਰਾਂਟ 'ਚੋਂ 5 ਰੁਪਏ ਵੀ ਬਟਾਲੇ ਦਿੱਤੇ, ਦੱਸੋ, ਜਾਂ ਤੁਸੀਂ ਕੋਈ ਸਪੈਸ਼ਲ ਸਕੀਮ ਲਿਆਂਦੀ। ਸੋ ਮੰਤਰੀ ਸਾਹਿਬ, ਤੁਸੀਂ ਜਿਹੜਾ ਬਟਾਲੇ ਲੁੱਟ ਲਿਆ, ਚਲੋ ਲੁੱਟ ਲਿਆ, ਸਾਨੂੰ ਸਾਡੇ ਹਾਲਤ ਛੱਡੋ, ਅਸੀਂ ਆਪਣਾ ਕੰਮ ਕਰੀਏ। 25-25 ਗੱਡੀਆਂ ਆਪਣੇ ਪਿੰਡਾਂ 'ਚੋਂ ਭਰ ਕੇ ਲਿਆ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ। ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਔਰ ਜਨਰਲ ਸੈਕਟਰੀ ਇੰਚਾਰਜ ਨੂੰ ਔਰ ਚੀਫ ਮਿਨਿਸਟਰ ਨੂੰ ਮੈਂ ਚਿੱਠੀ ਲਿਖ ਰਿਹਾ ਆਫਿਸ਼ਲੀ ਕਿ ਇਹ ਪਾਰਟੀ ਦਾ ਇਨਡਿਸਿਪਲਿਨ ਹੈ, ਇਸ ਬੰਦੇ ਨੂੰ ਬਰਖਾਸਤ ਕਰੋ, ਪਾਰਟੀ 'ਚੋਂ ਕੱਢਿਆ ਜਾਵੇ। ਔਰ ਇਹਨੇ ਪਾਰਟੀ ਮੇਰੇ ਸ਼ਹਿਰ 'ਚ ਬੜਾ ਗੰਦ ਪਾਇਆ, ਇਸ ਤਰ੍ਹਾਂ ਦੇ 10-15 MLA ਹੋਰ ਜਿਹੜੇ ਆ ਉਹ ਵਿਚਾਰੇ ਕੁਰਲਾ ਰਹੇ ਨੇ, ਉਹਨਾਂ ਦੀ ਗੱਲ ਨਹੀਂ ਪਸੰਦਾ ਪਿਆ। ਇਸ ਬੰਦੇ ਦੀ ਸੋਚ ਦੇ ਖਿਲਾਫ, ਇਸ ਬੰਦੇ ਦੀ ਕਰਪਸ਼ਨ ਦੇ ਦੋਸ਼ ਲਾਏ ਨੇ ਸਿਰ ਮੱਥੇ, ਇਨਕੁਆਇਰੀ ਕਰਾ ਲੈਣ ਕਿਸੇ ਵਿਜੀਲੈਂਸ ਵਾਲੇ ਕੋਲੋਂ, ਕਿ ਜਿਹਦੇ ਕੋਲ ਮਰਜ਼ੀ ਇਨਕੁਆਇਰੀ ਕਰੋ, ਉਹਨੂੰ ਖੁੱਲ੍ਹ ਛੁੱਟੀ ਹੈ। ਮੈਨੂੰ ਕੋਈ ਇਹ 'ਚ ਇਤਰਾਜ਼ ਨਹੀਂ, ਜਿੱਥੇ ਕਿਸੇ ਨੇ ਪਿਆ ਖਾਧਾ ਸਾਬਤ ਹੁੰਦਾ, ਜ਼ਰੂਰ ਇਨਕੁਆਇਰੀ ਕਰੋ। ਕਿਤੇ ਤੁਹਾਡੇ ਕੋਲੋਂ ਤਾਂ SDF ਕੋਲੋਂ ਜਾਣ ਦਾ ਖਤਰਾ ਕਿਉਂ? ਚਲੋ ਜੀ, ਮੈਂ ਉਹਦੀ ਕੋਈ ਜ਼ਮੀਨ ਆਪਣੇ ਨਾਲ ਲਾਉਣੀ ਹੈ, ਉਹ ਆਪਣੇ ਘਰ ਸੁਖੀ ਵਸੇ, ਮੈਂ ਆਪਣੇ ਘਰ ਸੁਖੀ ਵਸਣਾ, ਮੈਂ ਉਹਨਾਂ ਕੋਲ ਕੀ ਲੈਣਾ? ਐਵੇਂ ਥੋੜ੍ਹੇ ਜਿਹੇ ਪੁੱਛੇ ਹੋਏ ਪਏ ਨੇ, ਚੰਗੇ ਬੰਦੇ ਨੇ, ਉਹਨਾਂ ਨੂੰ ਚੰਗੀਆਂ ਗੱਲਾਂ ਕਰਨੀਆਂ ਜੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਬਟਾਲੇ 'ਚ ਪੈਸੇ ਲੱਗੇ ਆ,
गुरु नानक देव जी महाराज के नाम से पैसे आए थे, लेकिन गुरु नानक देव जी महाराज के नाँ से कोई भी चीज़ नहीं बनी। चलो जी, एक गल लोग जानते हैं कि पैसे आए ने, ठीक लगे ने, गलत लगे ने, की होया वा। कल यो जज नहीं सारे बटाले दे लोग, ना तो ज़्यादा जज ने, लोगों तो पूछ लो लोग की कहते हैं, मैंने लोगों का फतवा मंजूर। इस तो अलावा गल की जाए तो फतेहगढ़ चूड़ियाँ तो अकाली दल के जोड़े उम्मीदवार ने लखवीर सिंह लोधी नंगल, बटाले तो अकाली दल के विधायक ने फिलहाल, उन्होंने कहना कि मंत्री तृप्त सिंदर बाजवा उन्होंने रल के फ्रेंडली मैच खेल रहे थे लोगों को बेवकूफ। मैं फतेहगढ़ चूड़ियाँ तो इलैक्शन लड़नी है, वो मुकाबले इलैक्शन लड़नी है, इस करके फ्रेंडली मैच आपस लड़के नहीं हो सकता। तो उन्होंने मन चो बोझ ला देना चाहिए, मैं उस इलैक्शन लड़नी है तो निशाना शकाना जित गया। जी गल आम तौर पर चर्चा का विषय वा, तो जी गल का खतरा वा कांग्रसियों इतों कि तृप्त रजिंद्र बाजवा बटाले सैकड़े करोड़ रुपया ला चुके हैं, तो शायद उन्होंने अपनी सियासी जमीन जी इतें पक्की कर। नहीं, मैं सैकड़े करोड़ मैं कोलों थोड़ा लाया, सरकार के पैसे ने, तो मैं तो सरकार के पैसों का कुछ की भी वधिया तरीके ने वरत जाए। मैं कहना भी लोग मैनू पुछ, लोग मेरे से किंतु परंतु कर, ये भाई साहब थोड़ा सारे बटाले के मालिक ने, 35, 36, 37, 38 कौंसलर ने, कोई कौंसलर मैं सवाल करे, कोई कामन मैन सवाल करे, मैं बीजेपी का सवाल करे, उन्होंने अकाली दल का सवाल करे, मैं जवाब देंगा। ये वीर मेरा अपना ही हो गया, कि गलों करी जाता है। बाकी बटाले की टिकट हाईकमांड ने देनी है, मैं नहीं दे, हाईकमांड जिन्होंने टिकट देगा लड़ लेगा, मेरा कोई तलक नहीं। कितने मन बना? मैं फतेहगढ़ चूड़ियाँ, बड़ा क्लीयर, मैं फतेहगढ़ चूड़ियाँ, मैं हूँ ही फतेहगढ़ चूड़ियाँ बन गया। ये तो चाहते मैं बटाले च नंगा ही ना, जो मैंने कितने लोग सादे ने तो मैं जाना ही है, पर मतलब इलेक्शन फतेहगढ़ चूड़ियाँ लड़ना। सर, जो सेंटर गवर्नमेंट ने डीजल के पेट्रोल के रेट घटाए ने, ये बारे क्या चाहते? अजे भी बहुत ज़्यादा ने, रेट उन्होंने होर घटाने चाहिए ने, तो सारे लोगों आम दुनिया ने मोदी सरकार ने धक्का किया। जे कंपेयर करिए सरदार मनमोहन सिंह टाइम के वेले का रेट, त्याई रेट बहुत ज़्यादा रेट ज़्यादा ने, मोदी सरकार ने होर रेट घटाना चाहिए। पंजाब सरकार वालों को वैट घटा, ये सीएम साहब फैसला कर। भाई साहब, थोड़े चहेते जिन्हें तुम मेयर बनाया तो कि नहीं सिफत की सुख तेजा साहब की, पर अश्विन सेखड़ी अपनी प्रेस कॉन्फ्रेंस उन्होंने सिफत करके? चलो चंगी गल है, जो सिफत करते कि माड़ा की है, मेरे को गुस्सा गला नहीं। मेयर जो मेयर साहब, मेयर साहब चंगा बंदा वा, चंगे काम कर रहा है, तो उसकी माड़ा की है? पर उन्होंने कहना सी कि जेडे पैसे मंत्री साहब लगा रहे हैं वो मैं सेंक्शन कराए ही, पर वो पैसे सुख तेजा ने जरूर लवाए है, पर मंत्री साहब ने लवाए। नहीं, मैं कदों आख्या मैं पैसे लवाए, सरकार ने पैसे लगने ने, मैं कदों आख्या? वो तो एवें आप ही बुड़बड़ाई जाते हैं, मैं तो नहीं कभी आख्या मैं पैसे लाए। सर, प्रोटोकॉल के विच हैगा वा कि जे तुहाडी पार्टी के नुमाइंदे हो? चलो आप एवे होचे हुए ने, छोटा भरा वा, उन्होंने थोड़ा जहा हौसले रहना चाहिए। टिकट मेरी जेब से हैगी, टिकट हाईकमांड ने फैसला करना है, सोनिया जी ने फैसला करना है, जिन्होंने टिकट देगा लड़ लेगा। सर, होनी होनी क्यों उन्होंने आवाज़ उठाई? काफ़ी समा हो गया जी, चनी जी, चलो चंगी गल है, चनी जी बहुत चंगे आए ने, चनी जी लियाने वाले भी तो असं रल मिल गए, ये भाई साहब किस होर पासे बैठे सर, सो छोड़ो ये गल्ला वड्डियां, आप लेना वा चनी जी साढ़े साढ़े सांझे लीडर ने, मैं जो चनी जी का फैसला मैं सिर मत। आपसी लड़ाई नहीं, लड़ाई मेरी है ही कोई नहीं, मेरी कोई लड़ाई नहीं उन्होंने, मेरी मैं वो चलो एवं करी मेरी कोई लड़ाई नहीं उन्होंने। पार्टियां मैं देखो पार्टी बदलने तैयार ही नहीं, नहीं पिछले ऐलान किया, मैं तो कोई यही सोच रखता ही नहीं, मैं बड़ा क्लीयर हाँ, मैं इलैक्शन फतेहगढ़ चूड़ियाँ तो ही लड़नी।